ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੂਨ ਫੋਬਸ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਸ ਸਾਲ ਉਹ 50000 ਦੇ ਕਰੀਬ ਭਰਤੀਆਂ ਕੱਢਣਗੇ ਜਿਨ੍ਹਾਂ ਵਿੱਚੋਂ ਕੁਝ ਕਿਤੇ ਨੋਟੀਫਿਕੇਸ਼ਨ ਤਾਂ ਆ ਗਏ ਹਨ ਬਾਕੀਆਂ ਦੇ ਜਿਹੜੇ ਨੋਟੀਫਿਕੇਸ਼ਨ ਹਲੇ ਆਉਣੇ ਹਨ ਬਹੁਤ ਸਾਰੇ ਜਿਹੜੇ ਸਟੂਡੈਂਟ ਐ ਤਿਆਰੀ ਕਰ ਰਹੇ ਹੋ ਉਹ ਇਸ ਗੱਲ ਦੇ ਉਲਝਣ ਵਿੱਚ ਸਨ ਕਿ ਸਾਲ ਬਿਲਕੁਲ ਖਤਮ ਹੋਣ ਵਾਲਾ ਹੈ ਕਿ ਕਦੋਂ ਇਸ ਦੇ ਭਰਤੀਆਂ ਦੇ ਨੋਟੀਫਿਕੇਸ਼ਨ ਆਉਣਗੇ ਮੈਂ ਤੁਹਾਨੂੰ ਦੱਸ ਦਵਾਂਗਾ ਕੱਲ ਹੀ ਸੀਐਮ ਸਾਹਿਬ ਨੇ ਖੁਦ ਇਸ ਦੇ ਬਾਰੇ ਅਨਾਉਂਸ ਕੀਤਾ ਹੈ ਤੁਸੀਂ ਆਪਣੇ ਆਪ ਹੀ ਇਸ ਵੀਡੀਓ ਨੂੰ ਦੇਖ ਲਵੋ ਇਹ ਮੈਨੂੰ ਪੁੱਛਿਆ ਨਵਨੀਤ ਪਟਿਆਲਾ ਜੀ ਨੇ ਇਹ ਜਿਹੜੇ ਕਿ ਜਿਹੜੇ ਆਪਣੇ 42000 ਵੈਕੈਂਸੀਆਂ ਨੇ ਇੱਕ ਯੂਨੀਪਰਿਆਂ ਜਾ ਰਹੀਆਂ ਉਹਦੇ ਵਿੱਚੋਂ ਕੁਝ ITO ਦੇ ਪੋਸਟ ਸੇ ਮੈਨੂੰ ਨਹੀਂ ਪਤਾ ITO ਦੇ ਖਾਸ ਇਹਨਾਂ ਨੇ PCS ਦਾ ਕਿਉਂ ਇੱਥੇ ਜ਼ਿਕਰ ਕੀਤਾ ਹੈ ਲੇਕਿਨ ਸਾਡੇ 50000 ਦੇ ਕਰੀਬ ਸਾਡੇ ਨੌਕਰੀਆਂ ਸੀ ਰੱਖਣ ਦਾ ਫੈਸਲਾ ਕੀਤਾ ਸੀ ਉਹਦੇ ਵਿੱਚੋਂ ਇਹ ਉਹ ਕੀਤਾ ਕਦੋਂ ਸੀ ਫਰਵਰੀ ਮਾਰਚ ਵਿੱਚ ਕੋਵਿਡ ਆ ਗਿਆ ਸਭ ਕੁਝ ਹੀ ਐਨਐਮਐਨ ਆ ਤਾਂ ਬੰਦ ਰਿਹਾ ਹੁਣ ਇਸ ਹਫਤੇ ਦੇ ਦੌਰਾਨ ਅਗਲੀ ਕੈਬਨਿਟ ਅਸੀਂ ਇਹਨੂੰ ਅਪਰੂਵਲ ਦੇ ਦੇਣੀ ਹੈ ਔਰ ਸਾਰੀਆਂ ਜਿਹੜੀਆਂ ਪੋਸਟਾਂ ਪਈਆਂ ਨੇ ਉਹ ਭਰੀਆਂ ਜਾਣਗੀਆਂ ਸਾਡਾ ਵਾਅਦਾ ਹੈ 50000 ਦਾ ਔਰ 50000 ਪੂਰਾ ਕਰਕੇ ਅਸੀਂ ਛੱਡਾਂਗੇ ਥੋੜਾ ਜੀ ਡਿਲੇ ਇਸ ਲਈ ਹੋਈ ਹੈ ਆ ਹੁਣ ਕੁਝ ਦਿਨਾਂ ਤੋਂ ਕਿਉਂਕਿ ਇਹ ਦੇ ਇਹ ਜਿਹੜਾ ਆਪਣੇ ਰੀਸਟਰਕਚਰਿੰਗ ਹੋ ਰਿਹਾ ਕੁਝ ਡਿਪਾਰਟਮੈਂਟਸ ਵਿੱਚ ਉਹਨਾਂ ਦੇ ਤੋਂਲੀ ਤਬਦੀਲੀ ਆ ਰਹੀ ਹੈ ਜਦ ਤਬਦੀਲੀ ਖਤਮ ਹੋ ਜਾਊਗੀ ਇਹ ਅਸੀਂ ਅਰਤੀ ਸ਼ੁਰੂ ਕਰ ਦੇਣੀ ਹੈ ਇਕਦਮੀ ਹੋਣੀ ਹੈ ਇਹ ਨਾ ਸਮਝੋ ਕਿ ਮਹੀਨੇ ਲੱਗਣਗੇ ਤਾਂ ਹਫਤਿਆਂ ਦੇ ਵਿੱਚ ਹੀ ਅਸੀਂ ਕਰ ਦੇਣੀ ਹੈ ਜਿਵੇਂ ਕਿ ਹੁਣ ਤੁਸੀਂ ਆਪਣੇ ਆਪ ਹੀ ਸੁਣ ਲਿਆ ਹੈ ਕਿ ਸੀਐਮ ਸਾਹਿਬ ਦੇ ਅਨੁਸਾਰ ਜਿਹੜੀਆਂ ਭਰਤੀ ਆਉਣ ਵਾਲੀਆਂ ਹਨ ਇਹ ਕੁਝ ਹਫ਼ਤਿਆਂ ਵਿੱਚ ਹੀ ਹੋ ਜਾਣਗੀਆਂ ਇਹ ਨਹੀਂ ਹੋਵੇਗਾ ਜਿਵੇਂ ਕਿ ਪਹਿਲਾਂ ਐਡਵਰਟਾਈਜ਼ਮੈਂਟ ਆ ਗਈ ਉਸ ਤੋਂ ਬਾਅਦ 7 ਸਾਲ ਭਰਤੀ ਦਾ ਪ੍ਰੋਸੈਸ ਚੱਲਦਾ ਰਹਿੰਦਾ ਸੀ ਇਸ ਤਰ੍ਹਾਂ ਨਹੀਂ ਹੋਵੇਗਾ ਇਸ ਵਾਰ ਜਦੋਂ ਵੀ ਭਰਤੀ ਆਉਣਗੀ ਆ ਉਹ ਮਹੀਨੇ 2 ਮਹੀਨੇ ਦੇ ਵਿੱਚ ਵੀ ਤੁਹਾਡਾ ਸਾਰਾ ਪ੍ਰੋਸੈਸ ਜਿਹੜਾ ਕੰਪਲੀਟ ਹੋ ਕੇ ਜਿਹੜਾ ਸਾਰਾ ਤੁਹਾਡਾ ਕਵਰ ਹੋ ਜਾਊਗਾ ਇਸ ਲਈ ਸਾਰੇ ਤਿਆਰੀ ਰੱਖੋ ਕਿਹੜੀ-ਕਿਹੜੀਆਂ ਭਰਤੀਆਂ ਆਉਣ ਲੱਗੀਆਂ ਹਨ ਇਸ ਬਾਰੇ ਵਿੱਚ ਮੈਂ ਤੁਹਾਨੂੰ ਡਿਟੇਲ ਚ ਜਾਣਕਾਰੀ ਦਿੰਨਾ ਪੰਜਾਬ ਪੁਲਿਸ ਦੀ ਭਰਤੀ ਆਵੇਗੀ ਪੰਜਾਬ ਪਟਵਾਰੀ ਦੀ ਕਲਰਕ ਦੀਆਂ ਪ ਜਿਹੜੀਆਂ ਪੋਸਟਾਂ ਨਿਕਲਦੀਆਂ ਹਨ ਉਹ ਆਉਣਗੀਆਂ 4-5 ਹਜ਼ਾਰ ਦੇ ਕਰੀਬ ਹੋਮਗਾਰਡ ਦੀ ਭਰਤੀ ਆਵੇਗੀ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਵੱਡੀ ਭਰਤੀ ਆਵੇਗੀ ਇੱਕ ਸੀਆਈਡੀ ਡਿਪਾਰਟਮੈਂਟ ਵਿੱਚ ਜਿਹੜਾ ਇੰਟੈਲੀਜੈਂਸ ਵਿੰਗ ਹੈ ਉਸ ਵਿੱਚ ਵੀ ਨਵੇਂ ਭਰਤੀਆਂ ਆ ਰਹੀਆਂ ਹਨ ਪੁਲਿਸ ਦੀਆਂ ਕਾਂਸਟੇਬਲ ਦੀਆਂ ਅਤੇ ਸਬ ਇੰਸਪੈਕਟਰ ਦੀਆਂ ਦੋਨਾਂ ਦੀਆਂ ਭਰਤੀਆਂ ਆ ਰਹੀਆਂ ਹਨ ਉਸ ਵਿੱਚ ਅਤੇ ਪੰਜਾਬ ਪੁਲਿਸ ਦੀ ਬਹੁਤ ਵੱਡੀ ਭਰਤੀ ਜਿਹੜੀ ਉਹ 6-7 ਹਜ਼ਾਰ ਦੇ ਕਰੀਬ ਕਾਂਸਟੇਬਲ ਦੀ ਜੋ ਪਲੱਸ 2 ਲੈਵਲ ਦੀ ਭਰਤੀ ਹੁੰਦੀ ਹੈ ਉਹ ਵੀ ਆਵੇਗੀ ਤੁਲਾਵਾ ਹੋਰ ਕਈ ਡਿਪਾਰਟਮੈਂਟ ਨੇ ਜਿਨ੍ਹਾਂ ਵਿੱਚ ਭਰਤੀ ਆਉਣੀ ਹੈ ਜਦੋਂ ਵੀ ਨਾ ਭਰਤੀ ਸੰਬੰਧੀ ਕਿਸੇ ਵੀ ਡਿਪਾਰਟਮੈਂਟ 'ਚ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਉੱਤੇ ਦੇਖਣ ਨੂੰ ਮਿਲੇਗੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਦਬਾ ਲਿਓ ਤਾਂ ਕਿ ਤੁਸੀਂ ਕਿਸੇ ਵੀ ਵੀਡੀਓ ਤੋਂ ਵਾਂਝੇ ਨਾ ਰਹਿ ਜਾਓ ਤੁਲਾਵਾ ਇਸ ਤਰ੍ਹਾਂ ਦੇ ਸਾਰੇ ਅਪਡੇਟ ਤੁਹਾਨੂੰ ਅਸੀਂ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਉੱਤੇ ਪਾਉਂਦੇ ਰਹਿੰਦੇ ਹਾਂ ਇਹਨਾਂ ਦੋਨੋਂ ਨੂੰ ਜੁਆਇਨ ਕਰ ਲਿਓ ਦੋਨੋਂ ਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ ਮੈਂ ਇੱਥੇ ਤੁਹਾਨੂੰ ਦੱਸ ਦਵਾਂ ਕਿ ਇਹ ਭਰਨੀਆਂ ਜਰੂਰ ਹਨ ਡਿਪਾਰਟਮੈਂਟ ਨੇ ਸਿਰਫ ਤੇ ਸਿਰਫ ਜਿਹੜਾ ਤੁਹਾਡਾ ਇਹ ਇਸ وجہ ਕਰਕੇ ਪੈਂਡਿੰਗ ਪਿਆ ਹੈ ਕਿਉਂਕਿ ਜੋ ਸੈਂਟਰ ਪੇਜ ਦੇ حساب ਨਾਲ ਤੁਹਾਡੀ ਜਿਹੜੀ ਪੇ ਸਕੇਲ ਦਾ ਰਿਵਾਈਜ਼ ਹੋ ਰਿਹਾ ਹੈ ਉਸ وجہ ਕਰਕੇ ਇਹ ਜਿਹੜਾ ਕੰਮ ਥੋੜਾ ਜਿਹਾ ਰੁਕ ਗਿਆ ਉਸ ਤੋਂ ਇਲਾਵਾ ਜਦੋਂ ਵੀ ਇਹ ਹੋ ਜਾਵੇਗਾ ਤੁਹਾਡਾ ਸੈਂਟਰ ਪੇਜ ਦੇ ਹਿਸਾਬ ਨਾਲ ਤੁਹਾ ਨਾਲ ਦੀ ਨਾਲ ਜਿਹੜੀ ਤੁਹਾਡੀ ਐਡਵਰਟਾਈਜ਼ਮੈਂਟ ਹੋ ਆ ਜਾਵੇਗੀ ਜਿਵੇਂ ਕਿ ਸੀਐਮ ਸਾਹਿਬ ਨੇ ਕਿਹਾ ਹੈ ਕਿ ਜਿਵੇਂ ਪਿਛਲੇ ਸਾਲਾਂ ਤੋਂ ਜਿਹੜੀਆਂ ਪਰਤੀ ਹੁੰਦੀ ਸੀ ਸਾਲ-ਸਾਲ ਲੱਗ ਜਾਂਦਾ ਸੀ ਪਰੰਤੂ ਇਸ ਜਿਹੜੀ ਪਰਤੀਆਂ ਹੋਣਗੀਆਂ ਹੁਣ ਉਹ ਮਹੀਨੇ ਦੋ ਮਹੀਨੇ ਵਿੱਚ ਹੀ ਤੁਹਾਡੀ ਜਿਹੜੀਆਂ ਕਵਰ ਹੋ ਜਾਣਗੀਆਂ ਸਾਰੀਆਂ ਇਸ ਲਈ ਸਾਰੇ ਜਣੇ ਤਿਆਰੀ ਕਰਦੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਇਸ ਪਰਤੀ ਸੁੰਦੀ ਪੰਜਾਬ ਪ੍ਰਤੀ ਸੁੰਦੀ ਤੁਹਾਨੂੰ ਕੋਈ ਨੋਟੀਫਿਕੇਸ਼ਨ ਸਾਡੇ ਕੋਲ ਆਏਗਾ ਤਾਂ ਅਸੀਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਦੇ ਰਹਾਂਗੇ ਇਸ ਲਈ ਜੁੜ